Hey guys, subscribe and press the bell icon to never miss a video from Gabru. ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਾਲੀਵੁੱਡ ਦੀ ਇੱਕ ਖਾਸ ਅਪਡੇਟ ਜਿਸ ਵਿੱਚ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਕਿਸਿੰਗ ਸਟਾਰ ਇਮਰਾਨ ਹਾਸ਼ਮੀ ਬਾਰੇ ਜਿਨ੍ਹਾਂ ਨੇ 2004 ਵਿੱਚ ਮਰਡਰ ਮੂਵੀ ਦੇ ਨਾਲ ਆਪਣਾ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਨੂੰ ਕਾਫੀ ਸੁਪਰਹਿੱਟ ਮੂਵੀਜ਼ ਵੀ ਦਿੱਤੀਆਂ ਨੇ ਤੇ ਹੁਣ ਉਹਨਾਂ ਨਾਲ ਜੁੜੀ ਨਵੀਂ ਅਪਡੇਟ ਇਹ ਹੈ ਕਿ ਉਹਨਾਂ ਦੀ ਨਵੀਂ ਮੂਵੀ ਦੀ ਸ਼ੂਟਿੰਗ ਸਟਾਰਟ ਹੋ ਚੁੱਕੀ ਹੈ ਜਿਸ ਦਾ ਟਾਈਟਲ ਹੈ ਇਜ਼ਰਾ। ਆਓ ਤੁਸੀਂ ਵੀ ਚੈੱਕ ਕਰੋ ਮੂਵੀ ਸ਼ੂਟ ਦੌਰਾਨ ਦੀਆਂ ਕੁਝ ਪਿਕਚਰਸ। ਜੇ ਗੱਲ ਕਰੀਏ ਇਸ ਮੂਵੀ ਦੀਆਂ ਡਿਟੇਲਸ ਬਾਰੇ ਤੇ ਇਸ ਮੂਵੀ ਨੂੰ ਡਾਇਰੈਕਟ ਕਰ ਰਹੇ ਨੇ JK ਤੇ ਇਸ ਨੂੰ ਪ੍ਰੋਡਿਊਸ ਕਰ ਰਹੇ ਨੇ ਭੂਸ਼ਨ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਤੇ ਇਹ ਮੂਵੀ ਟੀ ਸੀਰੀਜ਼ ਦੇ ਲੇਬਲ ਹੇਠਾਂ ਰਿਲੀਜ਼ ਹੋਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਇਸ ਮੂਵੀ ਦੀ ਸ਼ੂਟਿੰਗ ਮੌਰੀਸ਼ਸ ਵਿੱਚ ਹੋ ਰਹੀ ਹੈ ਤੇ ਜੇ ਗੱਲ ਕਰੀਏ ਉਹਨਾਂ ਦੀਆਂ ਰੀਸੈਂਟਸ ਮੂਵੀਜ਼ ਬਾਰੇ ਤੇ ਉਹਨਾਂ ਦੀਆਂ ਮੂਵੀਜ਼ ਵਾਈ ਚੀਟ ਇੰਡੀਆ, ਰਾਜ ਰੀਬੂਟ, ਅਜ਼ਹਰ ਸਭ ਹੀ ਕਾਫੀ ਸੁਪਰਹਿੱਟ ਰਹੀਆਂ ਸੀ। ਅਸੀਂ ਇਮਰਾਨ ਹਾਸ਼ਮੀ ਨੂੰ ਮਰਡਰ, ਮਰਡਰ 2, ਡਰਟੀ ਪਿਕਚਰ, ਜੰਨਤ 2 ਇਹੋ ਜਿਹੀਆਂ ਕਈ ਮੂਵੀਜ਼ ਵਿੱਚ ਆਪਣੀ ਐਕਟਿੰਗ ਦੇ ਨਾਲ ਸਾਨੂੰ ਸਭ ਨੂੰ ਐਂਟਰਟੇਨ ਕਰਦਿਆਂ ਦੇਖਿਆ ਹੈ। ਜੇ ਗੱਲ ਕਰੀਏ ਇਮਰਾਨ ਹਾਸ਼ਮੀ ਦੇ ਅਪਕਮਿੰਗ ਮੂਵੀਜ਼ ਬਾਰੇ ਤੇ ਉਹ ਸਾਨੂੰ ਨਜ਼ਰ ਆਉਣਗੇ ਮੁੰਬਈ ਸਾਗਾ ਮੂਵੀ ਵਿੱਚ ਜੋ ਕਿ 2020 ਵਿੱਚ ਰਿਲੀਜ਼ ਹੋਵੇਗੀ। ਇਸ ਮੂਵੀ ਵਿੱਚ ਸਾਨੂੰ ਜੌਨ ਅਬਰਾਹਿਮ, ਅਨਿਲ ਕਪੂਰ, ਸੋਨੂ ਸੂਦ, ਵਿਵੇਕ ਓਬਰਾਏ, ਮਨੋਜ ਬਾਜਪਾਈ, ਹੁਮਾ ਕੁਰੇਸ਼ੀ ਵੀ ਦੇਖਣ ਨੂੰ ਮਿਲਣਗੇ। ਅਸੀਂ ਤਾਂ ਬਹੁਤ ਐਕਸਾਈਟਿਡ ਹਾਂ ਇਮਰਾਨ ਹਾਸ਼ਮੀ ਦੀ ਇਹ ਨਵੀਂ ਮੂਵੀ ਦੇ ਲਈ। ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਹੋਰ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਅਤੇ ਨੋਟੀਫਿਕੇਸ਼ਨ ਲਈ ਨੀਚੇ ਦਿੱਤੇ ਬੈਲ ਆਈਕਨ ਤੇ ਕਲਿੱਕ ਕਰੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।